ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਦੀ ਅਦੁੱਤੀ ਲਸਾਨੀ ਸ਼ਹਾਦਤ ਨੂੰ ਹਜ਼ਾਰ ਵਾਰ ਪ੍ਰਣਾਮ ਲੱਖ ਵਾਰ ਡੰਡਾਤ ਕਰੋਣਾ ਵਾਰ ਨਤਮਸਟਕ ਤੇ ਸ਼ਰਧਾਂਜਲੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਇਤਿਹਾਸਕਾਰਾਂ ਨੇ ਬੜੇ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਦੇਖਿਆ ਹੈ ਕਿਸੇ ਨੇ ਉਹਦੇ ਕਾਰਨ ਧਾਰਮਿਕ ਦੱਸੇ ਨੇ ਕਿਸੇ ਨੇ ਸਮਾਜਿਕ ਦੱਸੇ ਨੇ ਕਿਸੇ ਨੇ ਰਾਜਨੀਤਿਕ ਦੱਸੇ ਨੇ ਔਰ ਆਪਾਂ ਉਹਨੂੰ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਇਹ ਸਾਰੀ ਗੱਲ ਕਰਦਿਆਂ ਦਿਲ ਦੇ ਵਿੱਚ ਹਿਰਦੇ ਅੰਦਰ ਇਹ ਗੱਲ ਵਸਾਈ ਰੱਖਣੀ ਹੈ ਕਿ ਗੁਰੂ ਅਰਜਨ ਦੇਵ ਜੀ ਆਪ ਪਰਮਾਤਮਾ ਦਾ ਜਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਰੂਪ ਸਨ ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਉਹਨਾਂ ਦੇ ਵਿੱਚ ਦੀ ਵਿਚ ਰਹੀਆਂ ਸਨ ਔਰ ਗੁਰਬਾਣੀ ਦੇ ਵਿੱਚ ਇਹਦਾ ਫਰਮਾਨ ਵੀ ਮਿਲਦਾ ਏ ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹਿਓ ਪਰ ਭਨ ਮਥਰਾ ਕਸ਼ਵੇਦ ਨਹੀਂ ਗੁਰੂ ਅਰਜਨ ਪ੍ਰਤੱਖਰ ਪ੍ਰਤੱਖਰ ਨੇ ਗੁਰੂ ਅਰਜਨ ਦੇਵ ਜੀ ਪ੍ਰਤੱਖ ਪਰਮਾਤਮਾ ਨੇ ਗੁਰੂ ਅਰਜਨ ਦੇਵ ਚ ਇਹ ਗੱਲ ਗੁਰਬਾਣੀ ਦੇ ਵਿੱਚ ਕਹੀ ਗਈ ਹੈ ਔਰ ਗੁਰਬਾਣੀ ਦੇ ਵਿੱਚ ਵੀ ਐਲਾਨ ਕੀਤਾ ਹੈ ਪਟਾਣੇ ਕਿ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾ ਆਇਆ ਪ੍ਰਮਾਤਮਾ ਦਾ ਰੂਪ ਨੇ ਹੂਬ ਹੂ ਪ੍ਰਮਾਤਮਾ ਨੇ ਪ੍ਰਤੱਖ ਹਰੀ ਨੇ ਪ੍ਰਤੱਖ ਪ੍ਰਮਾਤਮਾ ਨੇ ਸੋ ਕੋਈ ਵੀ ਦੁਨੀਆ ਦੀ ਘਟਨਾ ਉਹਨਾਂ ਦੀ ਮਰਜ਼ੀ ਤੋਂ ਬਣਾ ਘਟ ਨਹੀਂ ਸਕਦੀ ਮੈਂ ਇਸੇ ਅੰਦਾਜ਼ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਇਤਿਹਾਸ ਦੇ ਪੰਨਿਆਂ ਦੇ ਨਾਲ ਜੁੜ ਕੇ ਥੋੜਾ ਜਿਆ ਇਕਾਗਰ ਚਿਤ ਹੋ ਕੇ ਜੁੜਨ ਦੀ ਕੋਸ਼ਿਸ਼ ਕਰੋ ਗੱਲ ਥੋੜੀ ਬਰੀਕ ਹੈ ਜੇ ਕਾਗਰ ਚਿਤ ਹੋ ਬੋਗੇ ਤਾਂ ਇਕਦਮ ਸਮਝ ਆਵੇਗੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ ਮਈ 1600 ਛੇ ਦੀ ਉਹਨਾਂ ਦੀ ਸ਼ਹਾਦਤ ਤੋਂ ਤਕਰੀਬਨ 6 ਕੁ ਮਹੀਨੇ ਪਹਿਲਾਂ ਦਾ ਸਮਾਂ ਨਵੰਬਰ 1605 ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪ੍ਰਕਾਸ਼ਪੁਰਬ ਹਰਮੰਦਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਸੀ ਅੰਮ੍ਰਿਤਸਰ ਦੇ ਵਿਖੇ ਮਨਾਇਆ ਜਾ ਰਿਹਾ ਸੀ। ਔਰ ਹਰਮੰਦਰ ਸਾਹਿਬ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਨੇ। ਤੱਬਿਆ ਦੇ ਵਿੱਚ ਬਾਬਾ ਬੁੱਢਾ ਜੀ ਬੈਠੇ ਨੇ। ਭਾਈ ਸੱਤਾ ਤੇ ਬਲਵੰਡ ਜੀ ਕੀਰਤਨ ਕਰ ਰਹੇ ਨੇ। ਭਾਈ ਸੱਤਾ ਤੇ ਬਲਵੰਡ ਜੀ ਉਹ ਜਿਨ੍ਹਾਂ ਦੀ ਲਿਖੀ ਹੋਈ ਆਖੀ ਹੋਈ ਰਾਮਕਲੀ ਕੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਬ੍ਰਹਮ ਗਿਆਨੀ ਬਿਰਤੀ ਵਾਲੇ ਪਾ ਸ਼ੱਤਾ ਤੇ ਬਲਵੰਦ ਜੀ ਕੀਰਤਨ ਕਰ ਰਹੇ ਨੇ ਬ੍ਰਹਮ ਗਿਆਨੀ ਬਿਰਤੀ ਵਾਲੇ ਬ੍ਰਹਮ ਗਿਆਨੀ ਬਿਰਤੀ ਵਾਲੇ ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਨੇ ਸੰਗਤ ਦੇ ਵਿੱਚ ਪੰਜਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬੈਠੇ ਨੇ ਮਾਤਾ ਗੰਗਾ ਜੀ ਬੈਠੇ ਨੇ 10 ਕੁ ਸਾਲ ਦੀ 1.5 ਸਾਲ ਦੀ ਉਮਰ ਹੈ ਗੁਰੂ ਹਰਗਵਿੰਦ ਸਾਹਿਬ ਪਾਸ਼ਾ ਅਜੇ ਗੁਰਗਦੀ ਨਹੀਂ ਮਿਲੀ ਬੇਸ਼ੱਕ ਪਰ ਗੁਰੂ ਹਰਗਵਿੰਦ ਸਾਹਿਬ ਜੀ ਬਚਪਨ ਰੂਪ ਦੇ ਵਿੱਚ ਸਵਾਗਤ ਹੁੰਦਾ ਸਾਲ ਦੀ ਉਮਰ ਹੈ ਉਹ ਵੀ ਸੰਗਤ ਦੇ ਵਿੱਚ ਬੈਠੇ ਨੇ ਭਾਈ ਮੰਝ ਜੀ ਬੈਠੇ ਨੇ ਭਾਈ ਜੇਠਾ ਜੀ ਬੈਠੇ ਨੇ ਭਾਈ ਪ੍ਰਾਣਾ ਜੀ ਬੈਠੇ ਨੇ ਭਾਈ ਗੁਰਦਾਸ ਜੀ ਬੈਠੇ ਨੇ ਔਰ ਭਾਈ ਲੰਗਾ ਜੀ ਬੈਠੇ ਨੇ ਔਰ ਸਾਈ ਮੀਆਂ ਮੀਰ ਜੀ ਸੰਗਤ ਦੇ ਵਿੱਚ ਬਰਾਜਮਾਨ ਨੇ ਬ੍ਰਹਮ ਗਿਆਨੀ ਬ੍ਰਿਤੀਆਂ ਨੇ ਪੱਟ ਬੈਠੇ ਨੇ ਸਾਰੇ ਦੇ ਸਾਰੇ ਪੱਟ ਕੀਰੇਤ ਜੀ ਬੈਠੇ ਨੇ ਪੱਟ ਮਥਰਾ ਜੀ ਬੈਠੇ ਨੇ ਪੱਟ ਪੀਖਾ ਜੀ ਬੈਠੇ ਨੇ ਔਰ ਸਾਰੇ ਦੇ ਸਾਰੇ ਪੱਟ ਉੱਥੇ ਬੈਠੇ ਨੇ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਹੈ ਹਰਮੰਦਰ ਸਾਹਿਬ ਦੇ ਅੰਦਰ ਸੱਚਖੰਡ ਦਾ ਨਜ਼ਾਰਾ ਬਣਿਆ ਹੋਇਆ ਹੈ ਔਰ ਹਰਮੰਦਰ ਸਾਹਿਬ ਦੇ ਅੰਦਰ ਹੋਈਏ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤਾਬਿਆ ਜੀ ਬਾਬਾ ਬੁੱਢਾ ਜੀ ਬੈਠੇ ਹੋਣ ਸੱਤਾ ਬਲਵੰਦ ਜੀ ਕੀਰਤਨ ਕਰਦੇ ਹੋਣ ਔਰ ਗੁਰੂ ਅਰਜਨ ਦੇਵ ਜੀ ਸੰਗਤ 'ਚ ਬੈਠੇ ਹੋਣ ਗੁਰੂ ਹਰਗਵਿੰਦ ਸਾਹਿਬ ਜੀ ਬਚਪਨ ਰੂਪ 'ਚ ਬੇਸ਼ੱਕ ਸੰਗਤ 'ਚ ਬੈਠੇ ਹੋਣ ਮਾਤਾ ਗੰਗਾ ਜੀ ਬੈਠੀ ਹੋਣ ਭਾਈ ਮਨਜ ਵਰਗੇ ਬੈਠੇ ਹੋਣ ਭਾਈ ਗੁਰਦਾਸ ਜੀ ਬੈਠੇ ਹੋਣ ਭਾਈ ਜੇਠਾ ਜੀ ਬੈਠੇ ਹੋਣ ਭਾਈ ਪ੍ਰਾਣਾ ਜੀ ਬੈਠੇ ਹੋਣ ਭਾਈ ਵਿਦੀ ਚ ਪਟਕੀ ਦੇ ਤੇ ਬੈਠੇ ਹੁਣ ਪਟ ਮਥਰਾ ਜੀ ਬੈਠੇ ਹੁਣ ਪਟ ਪਿੱਖਾ ਜੀ ਬੈਠੇ ਹੁਣ ਇਹ ਸਾਰੀਆਂ ਜਿਹੜੋਂ ਰੂਹਾਂ ਬੈਠੀਆਂ ਹੋਣਗੀਆਂ ਬੜਾ ਮ ਗਿਆਨਾਂ ਵਰਤੀ ਹੋ ਜੁੜੀਆਂ ਤੇ ਸੱਚਖੰਡ ਦਾ ਨਜ਼ਾਰਾ ਬਣਿਆ ਆਏਗਾ ਟਿਕਾਇ ਟਿਕਾਇ ਤੇ ਸੱਤਾ ਬਲਵੰਤ ਜੀ ਕੀਰਤਨ ਕਰ ਰਹੇ ਨੇ ਸੁਹੀ ਦਾਗ ਦੇ ਵਿੱਚ ਗੁਰੂ ਰਾਮਦਾਸ ਪਾਸ਼ਾ ਦਾ ਉਚਾਰਿਆ ਹੋਇਆ ਸ਼ਬਦ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਕਿ ਐ ਆਕਾਲਪੁਰਖ ਪ੍ਰਮਾਤਮਾ ਮੈਨੂੰ ਤੇਰੀ ਯਾਦ ਨਹੀਂ ਭੁੱਲਣੀ ਚਾਹੀਦੀ ਜੇ ਭੁੱਖ ਦੇ ਤਾਂ ਇਤੀਹ ਰਾਜਾ ਦੁੱਖ ਵਿੱਚ ਸੂਖ ਮਣਾਈ ਜੇ ਤੂੰ ਮੈਨੂੰ ਭੁੱਖ ਦੇਵੇਂ ਤਾਂ ਵੀ ਜੇ ਮੈਨੂੰ ਤੂੰ ਦੁੱਖ ਦੇਵੇਂ ਤਾਂ ਵੀ ਉਹਨੂੰ ਸੋਖ ਕਰਕੇ ਮੰਨਾਂ ਮੈਂ ਤੇਰੇ ਬਾਣੇ ਵਿੱਚ ਵੀ ਰਹਾ ਤੇ ਜਿਗ ਦੇ ਅਵਸਥਾ ਇੱਥੇ ਤੱਕ ਵੀ ਆ ਜਾਵੇ ਕਿ ਤਨਮਨ ਕਾਟ-ਕਾਟ ਸਵਰਪੀ ਵਿੱਚ ਅਗਨੀ ਆਪ ਜਲਾਈ ਮੇਰੀ ਯਾਨੀ ਸਰੀਰ ਨੂੰ ਉਹਦੇ ਅੰਦਰ ਤੱਕ ਅਗਨੀ ਵਿੱਚ ਜਾਲ ਦਿੱਤਾ ਜਾਵੇ ਤੇ ਫਿਰ ਵੀ ਤੇਰਾ ਨਾ ਨਾ ਭੋਲੇ ਮੈਂ ਤੇਰੇ ਪਾਣੇ ਚ ਰਾਂ ਦੁੱਖ ਨੂੰ ਸੋਕਰ ਕੇ ਬੰਨਾ ਸ਼ਬਦ ਸੂਹੀ ਦਾਖ ਦਾ ਸ਼ਬਦ ਗੁਰੂ ਰਾਮਦਾਸ ਪਾਸ਼ਾ ਦਾ ਸ਼ਬਦ ਸੱਤਾ ਬਲਵੰਡ ਜੀ ਗਾਇਨ ਕਰ ਰਹੇ ਨੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਇ ਜੇ ਭੁੱਖ ਦੇ ਤਾਂ ਇਤੀਰਾਜ ਆ ਦੁੱਖ ਵੇ ਸੁਖ ਬਣਾਈ ਇਹ ਜਿਹੜੇ ਸ਼ਬਦ ਜਦੋਂ ਗਾਇਨ ਕੀਤਾ ਜਾ ਰਿਹਾ ਹੈ ਜਿਵੇਂ ਬਾਕੀ ਸਭ ਟਿਕੇ ਹੋਏ ਨੇ ਸੱਚਖੰਡ ਦੇ ਨਜ਼ਾਰੇ ਬਣੇ ਹੋਏ ਨੇ ਪੂਰਾ ਟਿਕਾ ਹੈ ਰੁਮਕਦੀ ਹੋਈ ਪੌਣ ਵੀ ਸ਼ਬਦ ਦੇ ਨਾਲ-ਨਾਲ ਸੁਰ ਦੇ ਵਿੱਚ ਹੈ ਸਰੋਵਰ ਦਾ ਜਲ ਵੀ ਉਹਦੀਆਂ ਲਹਿਰਾਂ ਵੀ ਇੱਕ ਸੁਰ ਦੇ ਵਿੱਚ ਦੇ ਇੱਕ ਲੈ ਦੇ ਵਿੱਚ ਨੇ ਪਰ ਸਾਈ ਮੀਆਂ ਮੀਰ ਦਾ ਮਨ ਥੋੜਾ ਉਚਾਟ ਹੈ ਥੋੜਾ ਚਾਟ ਹੈ ਸਾਈ ਮੀਆਂ ਮੀਰ ਦਾ ਮਨ ਉਹ ਅਲੱਦ ਵਾਲਾ ਦੇਖ ਰਿਹਾ ਨੇ ਕਦੀ ਅੱਖ ਖੁੱਲ ਰਹੀ ਹੈ ਕਦੀ ਅੱਖ ਬੰਦ ਹੋ ਰਹੀ ਹੈ ਟਿਕਾ ਨਹੀਂ ਆ ਰਿਹਾ ਖੈਰ ਦਵਾਨ ਦੀ ਸਮਾਪਤੀ ਹੋਈ ਹੈ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਹੈ ਬਾਅਦ ਚ ਲੰਗਰ ਵੀ ਛਕਿਆ ਗਿਆ ਹੈ ਤੇ ਲੰਗਰ ਛਕ ਕੇ ਹੁਣ ਸਾਈ ਮੀਆਂ ਵੀਰ ਨੇ ਲਾਹੌਰ ਜਾਣਾ ਹੈ ਜਿੱਥੇ ਉਸ ਦਾ ਆਪਣਾ ਢੇਰਾ ਹੈ ਜਿੱਥੇ ਉਸ ਦਾ ਆਪਣਾ ਮਕਾਮ ਹੈ ਤੇ ਗੁਰੂ ਅਰਜਨ ਦੇ ਪਾਤਸ਼ਾਹ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਆਗਿਆ ਲੈਣਾ ਹੈ ਸਤਿਗੁਰ ਜੀ ਜਾਣਾ ਹੈ ਲਾਹੌਰ ਜਾਨ ਲਈ ਨਮਸਕਾਰ ਕੀਤੀ ਹੈ ਗੁਰੂ ਅਰਜਨ ਦੇਵ ਪਾਸ਼ਾ ਨੂੰ ਤੇ ਸਤਿਗੁਰੂ ਜੀ ਨੇ ਅਸ਼ੀਰ ਸਦਾ ਹੱਥ ਚੱਕਣ ਤੋਂ ਪਹਿਲਾਂ ਇੱਕ ਸਵਾਲ ਖੜਾ ਕਰ ਦਿੱਤਾ ਹੈ ਸਾਈਂ ਦੇਖ ਰਹਾ ਸਾਂ ਸੰਗਤ ਦੇ ਵਿੱਚ ਬੈਠਿਆਂ ਮਹਿਸੂਸ ਕਰ ਰਹਾ ਸਾਂ ਸਾਨੂੰ ਅਹਿਸਾਸ ਹੋ ਰਿਹਾ ਸੀ ਕਿ ਜਿੱਥੇ ਸਾਰੇ ਟਿਕੇ ਹੋਏ ਨੇ ਜਦੋਂ ਭਾਈ ਸੱਤਾ ਦੇ ਬਲਵੰਡ ਕੀਰਤਨ ਕਰ ਰያ ਸਨ ਉੱਥੇ ਤੁਹਾਡਾ ਮਨ ਕੁਝ ਉਛਾੜ ਸੀ ਤਕਾਬ ਇਸ ਲਈ ਸੀ ਆ ਰਿਹਾ ਕੀ ਕੋਈ ਸ਼ੰਕਾ ਆ ਗਿਆ ਹੈ ਜੇ ਸ਼ੰਕਾ ਆ ਗਿਆ ਹੈ ਤਾਂ ਗੁਰਨਾਨਕ ਦਾ ਦਰ ਸਭ ਤੋਂ ਉੱਚਾ ਹੈ ਇੱਥੋਂ ਸ਼ੰਕਾ ਲੈ ਕੇ ਜਾਓਗੇ ਤੇ ਕਿਤੇ ਸ਼ੰਕੇ ਦੀ ਨਿਵਰਤੀ ਨਹੀਂ ਹੋਏਗੀ ਉੱਚੇ ਪਹਾੜ ਤੋਂ ਡਿੱਗੋਗੇ ਖੱਡ ਵਿੱਚ ਜਾ ਡਿੱਗੋਗੇ ਸ਼ੰਕਾ ਲੈ ਕੇ ਨਾ ਜਾਓ ਕੋਈ ਸ਼ੰਕਾ ਹੈ ਕੋਈ ਮਨ ਅੰਦਰ ਕੋਈ ਖਿਆਲ ਆਇਆ ਹੈ ਕੋਈ ਫੁਰਨਾ ਫੁਰਿਆ ਹੈ ਤਾਂ ਉਹਦੀ ਨਿਵਰਤੀ ਜ਼ਰੂਰ ਕਰਾ ਲਓ ਗੁਰਨਾਨਕ ਦੇ ਦਰ ਤੇ ਜੇ ਕੋਈ ਸ਼ੰਕਾ ਆ ਗਿਆ ਹੈ ਤੇ ਗੁਰਨਾਨਕ ਦੇ ਦਰ ਤੋਂ ਹੀ ਨਿਵਰਤੀ ਹੋਣੀ ਹੈ ਹੋਰ ਕਿਦੋਂ ਨਹੀਂ ਹੋ ਸਕੇ ਸਭ ਤੋਂ ਚਾਦਰ ਹੈ ਸਾਈਂ ਵੀ ਅਮੀਰ ਦੇ ਹੱਥ ਚੜ੍ਹ ਗਿਆ ਹੱਥ ਜੋੜ ਕੇ ਆਖਣ ਲੱਗਾ ਹੈ ਅੰਤਰਜਾਮੀ ਸਤਗੁਰੂ ਜੀ ਦਿਲਾਂ ਦੇ ਜਾਣਨ ਵਾਲੇ ਮੇਰੇ ਸਤਗੁਰੂ ਜੀ ਘਟ ਘਟ ਦੀਆਂ ਜਾਣਨ ਵਾਲੇ ਮੇਰੇ ਸਤਗੁਰੂ ਜੀ ਮੇਰੇ ਰਾਇਬਰ ਜੀ ਦਿਲਾਂ ਦੀਆਂ ਬੁੱਝਣ ਵਾਲੇ ਉਹ ਮਨਾਂ ਦੀਆਂ ਬੁੱਝਣ ਵਾਲੇ ਤੁਸੀਂ ਬੁੱਝ ਲਿਆ ਮੇਰੇ ਬਿਨਾ ਕਹੇ ਤੁਸੀਂ ਜਾਣ ਲਿਆ ਹੈ ਹਾਂ ਮੇਰੇ ਮਨ 'ਚ ਸ਼ੰਕਾ ਆ ਗਿਆ ਸੀ ਜਦੋਂ ਸਤਾ ਬਲਵੰਡ ਜੀ ਕੀਰਤਨ ਕਰ ਰਿਹਾ ਸੀ ਇਹਦੀ ਗਲਤ ਮੰਨੀ ਕੋਈ ਦੁੱਖ ਵਿੱਚ ਵੀ ਰਹਿੰਦਾ ਹੋਇਆ ਆਪਣੇ ਆਪ ਨੂੰ ਚੜਦੀ ਕਲਾ ਵਿੱਚ ਰੱਖ ਸਕਦਾ ਹੈ ਸੁੱਖ ਵਿੱਚ ਰੱਖ ਸਕਦਾ ਹੈ ਕੋਈ ਭੁੱਖ ਵਿੱਚ ਰਹਿੰਦਾ ਹੋਇਆ ਵੀ ਆਪਣੇ ਆਪ ਨੂੰ ਰੱਜਿਆ ਹੋਇਆ ਮਹਿਸੂਸ ਕਰ ਸਕਦਾ ਹੈ ਪਰ ਤਨਮਨ ਕਾੜ-ਕਾੜ ਸਬਰ ਵਿੱਚ ਅਗਨੀ ਆਪ ਜਲਾਈ ਇੱਥੇ ਜਦੋਂ ਇਸ ਤੱਕ ਦੀ ਅਵਸਥਾ ਆ ਜਾ ਕਿ ਅੱਗ ਇੰਨੀ ਤੱਤੀ ਹੋਵੇ ਅੱਗ ਇੰਨੀ ਜ਼ਿਆਦਾ ਹੋਵੇ ਕਿ ਉਹ ਤਨ ਨੂੰ ਨਹੀਂ ਮਨਨ ਤੱਕ ਵੀ ਅਸਰ ਕਰਦੀ ਹੋਵੇ ਤਨਮਨ ਕਾੜ-ਕਾੜ ਸਬਰ ਵਿਚਗਰੀ ਆਪ ਜਲਾਈ ਜਲ ਰਿਹਾ ਹੋਇਆ ਸਾਰਾ ਕੁਝ ਫਿਰ ਮਨ ਨੂੰ ਕਿੱਦਾਂ ਟਿਕਾਜ ਰੱਖਿਆ ਜਾ ਸਕਦਾ ਹੈ ਫਿਰ ਉਹਦੇ ਭਾਣੇ 'ਚ ਕਿੱਦਾਂ ਰਹਿ ਜਾ ਸਕਦਾ ਹੈ ਫਿਰ ਸ਼ਾਂਤ ਕਿੱਦਾਂ ਰਹਿ ਜਾ ਸਕਦਾ ਹੈ ਤਾਂ ਅਸੰਭਵ ਜੀ ਗੱਲ ਲੱਗਦੀ ਹੈ ਮੈਨੂੰ ਲੱਗਦਾ ਹੈ ਗੁਰਬਾਣੀ 'ਚ ਕੁਝ ਅਤਕਥਨੀ ਹੋ ਗਈ ਹੈ ਔਰ ਮੈਂ ਜਦੋਂ ਗੁਰਬਾਣੀ ਦੇ ਅੰਦਰ ਤੁਸੀਂ ਅੰਕਿਤ ਕੀਤੀ ਆ ਭਗਤ ਰਵਿਦਾਸ ਜੀ ਦੀ ਪੰਕਤੀ ਉਹ ਵੀ ਜਦੋਂ ਸੁਣਦਾ ਕਿ ਮੀਨ ਪਕਰ ਕਾਟੇ ਉਹ ਰਫਾਂਕਿਓ ਬਹਬਾਣੀ ਖੰਡ-ਖੰਡ ਕਰ ਭੋਜਨ ਕੀਨੋ ਤੋੜ ਨਾ ਬਿਸਰਿਓ ਪਾਣੀ ਕਿ ਪਕੜਨ ਵਾਲੇ ਮੱਛੀ ਨੂੰ ਪਕੜ ਲੈਂਦੇ ਨੇ ਜਾਲ ਪਾ ਕੇ ਪਕੜਦੇ ਨੇ ਕੰਡਾ ਮੂੰਹ ਚ ਪਾ ਕੇ ਪਕੜਦੇ ਨੇ ਜਿੱਦਾਂ ਵੀ ਪਕੜਦੇ ਨੇ ਦੁੱਖ ਦੇ ਕੇ ਪਕੜਦੇ ਨੇ ਪਾਣੀ ਤੋਂ ਵੱਖ ਕਰ ਲੈਂਦੇ ਨੇ ਪਾਣੀ ਤੋਂ ਵੱਖ ਹੋ ਕੇ ਤੜਫਦੀ ਆ ਮੀਨ ਪਕੜ ਕਾਟਿਓ ਔਰ ਫਾਂਕੋ ਫਿਰ ਟੋਟੇ ਕਰ ਲੈਂਦੇ ਨੇ ਉਹਦੇ ਵਿੱਚੋਂ ਹੱਡੀਆਂ ਵਗੈਰਾ ਕੱਢ ਦਿੰਦੇ ਨੇ ਕਾਟਿਓ ਔਰ ਫਾਂਕੋ ਰਾਂਦ ਕਿਓ ਬਲਵਾਨੀ ਉਹਨੂੰ ਤਰ੍ਹਾਂ ਤਰ੍ਹਾਂ ਦੇ ਮਸਾਲੇ ਢਾਕੇ ਰਿਣ ਦਿੰਦੇ ਨੇ ਖੰਡ-ਖੰਡ ਕਰ ਭੋਜਨ ਕਿਨੋਂ ਬੁਰਕੀ-ਬੁਰਕੀ ਕਰਕੇ ਖਾਣ ਵਾਲੇ ਖਾ ਵੀ ਲੈਂਦੇ ਨੇ ਖੰਡ-ਖੰਡ ਕਰ ਭੋਜਨ ਕਿਨੋਂ ਤੋੜਾ ਬਿਸਰੋ ਪਾਣੀ ਪਰ ਤੁਸੀਂ ਕਹਿੰਦੇ ਜੀ ਇਹੋ ਜੀ ਅਵਸਥਾ ਵੀ ਮਨੁੱਖ ਤੇ ਕਿਸੇ ਤੇ ਆ ਜਾਵੇ ਤੇ ਜਿਵੇਂ ਮੱਛੀ ਨੂੰ ਪਾਣੀ ਨਹੀਂ ਵਿਸਰਦਾ ਖੰਡ-ਖੰਡ ਹੋਣ ਤੋਂ ਬਾਅਦ ਬੁਰਕੀ-ਬੁਰਕੀ ਹੋਣ ਤੋਂ ਬਾਅਦ ਵੀ ਨਹੀਂ ਵਿਛਦਾ ਜਿਹੜੇ ਹਿਰਦੇ ਜਿਹੜੇ ਸਰੀਰ 'ਚ ਜਾਂਦੀ ਆ ਉਹ ਹਿਰਦਾ ਵੀ ਪਾਣੀ ਦੀ ਮੰਗ ਕਰਦਾ ਉਹਨੂੰ ਪਿਆਸ ਲੱਗਦੀ ਆ ਤੇ ਤੁਸੀਂ ਕਹਿੰਦੇ ਐਦਾਂ ਦੀ ਵਰਤੀ ਹੋਣੀ ਚਾਹੀਦੀ ਐਦਾਂ ਦੀ ਪਿਆਸ ਹੋਣੀ ਚਾਹੀਦੀ ਰੱਬ ਦੇ ਨਾਲ ਦੀ ਕਿੱਦਾਂ ਰਹੇਗੀ ਮੈਨੂੰ ਕੋਈ ਸ਼ਤਕਾਤ ਨਹੀਂ ਲੱਗਦੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਦੋਂ ਸਾਈ ਮੀਆਂ ਮੀਰ ਦਾ ਸ਼ੰਕਾ ਸੁਣਿਆ ਤੇ ਉਹਨਾਂ ਦੇ ਨੇਤਰ ਬੰਦ ਗਏ। ਵਾਪ ਪਰਮਾਤਮਾ ਗੁਰੂ ਅਰਜਨ ਸੱਚ ਸਿਰਜਨਹਾਰਾ ਆਪ ਰੱਬ ਦਾ ਰੂਪ ਆਪ ਸਰਬਸ਼ਕਤੀ ਦਾ ਮਾਲਕ ਆਪਣੇ ਆਪ ਦੇ ਨਾਲ ਜੁੜਿਆ ਮੁੰਦੇ ਹੋਏ ਨੈਣਾਂ ਦੇ ਨਾਲ ਕੁਝ ਪਲਾਂ ਦੇ ਬਾਅਦ ਨੈਣ ਖੋਲੇ ਸਾਈ ਮੀਆਂ ਮੀਰ ਵਾਲੇ ਇੱਕ ਤੱਕ ਨਾਲ ਦੇਖਿਆ ਤੇ ਆਖਣ ਲੱਗੇ ਸਾਈ ਜੀ ਜੇ ਕਿਸੇ ਆਮ ਮਨੁੱਖ ਦਾ ਸ਼ੰਕਾ ਹੁੰਦਾ ਤਾਂ ਬੋਲ ਕੇ ਦੂਰ ਕਰ ਦਿੰਦੇ ਪਰ ਕਿਉਂ ਸ਼ੰਕਾ ਉਸ ਵਿਅਕਤੀ ਦਾ ਹੈ ਜਿਹੜਾ ਬ੍ਰह्म ਗਿਆਨਤਾ ਦੇ ਨੇੜੇ ਪਹੁੰਚ ਚੁੱਕਾ ਹੈ ਸ਼ੰਕਾ ਉਸ ਵਿਅਕਤੀ ਦਾ ਹੈ ਜਿਹੜਾ ਆਪ ਜੁੜਿਆ ਹੋਇਆ ਹੈ ਸ਼ੰਕਾ ਉਸ ਵਿਅਕਤੀ ਦਾ ਹੈ ਮਨ ਉਹਦਾ ਉਚਾੜ ਹੋਇਆ ਹੈ ਜਿਹੜਾ ਇੱਕ ਰਸ ਵਿੱਚ ਰਹਿਣਾ ਸਿੱਖ ਗਿਆ ਹੋਇਆ ਹੈ ਤੇ ਜਦੋਂ ਇਸ ਬ੍ਰਿਤੀ ਤੇ ਜਾ ਕੇ ਸ਼ੰਕੇ ਪੈਦਾ ਹੋਣ ਤਨ ਨੂੰ ਮੂੰਹਾਂ ਤੋਂ ਬੋਲ ਕੇ ਦੂਰ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਤਾਂ ਪ੍ਰੈਕਟੀਕਲ ਅਮਲੀ ਤੌਰ ਤੇ ਦਰਸਾ ਕੇ ਹੀ ਸਮਝਾਇਆ ਜਾ ਸਕਦਾ ਹੈ ਤੇ ਲੈ ਸਾਈ ਮੀਆਂ ਮੀਰ ਤੇਰਾ ਹੀ ਸ਼ਰ ਹੋਏਗਾ ਤੂੰ ਦੇਖੇਗਾ ਤੇਰਾ ਹੀ ਸ਼ਰ ਹੋਏਗਾ ਤੂੰ ਦੇਖੇਗਾ ਕਿ ਕੋਈ ਤੱਤੀ ਤਵੀ ਤੇ ਵੀ ਬੈਠਾ ਹੋਏਗਾ ਕੋਈ ਉਬਲ ਦੀ ਦੇਖ ਜਿਉਂ ਬਲ ਰਿਹਾ ਹੋਏਗਾ ਤੱਤੀ ਰੇਤਾ ਉਸਦੇ ਸਿਰ 'ਚ ਵੀ ਪਾਈ ਜਾਂਦੀ ਹੋਏਗੀ ਪਰ ਉਹ ਫਿਰ ਵੀ ਗਾਉਂਦਾ ਹੋਏਗਾ ਤੇਰਾ ਕੀ ਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਣਕ ਮੰਗੇ ਉਹ ਪਾਣਾ ਚ ਰਹਿਣ ਦੀ ਗੱਲ ਉੱਥੇ ਵੀ ਕਰੇਗਾ ਤੂੰ ਦੇਖੇਗਾ ਸਾਈਂ 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 ਮੀਆਂ ਵੀ ਸਤਗੁਰ ਦੇ ਕੋਲੋਂ ਆ ਗਿਆ ਲੈ ਕੇ ਲਾਹੌਰ ਨੂੰ ਚਲੇ ਗਿਆ 6 ਕੁ ਮਹੀਨੇ ਦਾ ਸਮਾਂ ਬੀਤਿਆ ਸਤਗੁਰ ਦੀ ਮਰਜ਼ੀ ਦੇ ਨਾਲ ਕਿਉਂਕਿ ਸਤਗੁਰ ਦੀ ਮਰਜ਼ੀ ਤੋਂ ਬਿਨਾ ਇਹ ਗੱਲ ਮੰਨ ਕੇ ਤੁਰਿਏ ਕਿ ਪੱਤਾ ਤੱਕ ਨਹੀਂ ਹਿਲਦਾ ਸਤਗੁਰ ਦੀ ਮਰਜ਼ੀ ਦੇ ਨਾਲ ਕੁਝ ਧਾਰਮਿਕ ਕਾਰਨ ਬਣ ਗਿਆ ਸਤਗੁਰ ਦੀ ਮਰਜ਼ੀ ਦੇ ਨਾਲ ਕੁਝ ਸ਼ਰੀਕੇ ਕਬੀਲੇ ਵੱਲੋਂ ਚੁੱਕ ਹੋ ਗਈ ਸਤਗੁਰੂ ਦੀ ਮਰਜ਼ੀ ਦੇ ਨਾਲ ਕੁਝ ਰਾਜਨੀਤਿਕ ਕਾਰਨ ਬਣ ਕੇ ਖੁਸਰੋ ਦੀ ਬਗਾਵਤ ਹੋ ਗਈ ਜਿਹਦਾ ਇਤਿਹਾਸਕਾਰਾਂ ਨੇ ਬਹੁਤ ਜ਼ਿਕਰ ਕੀਤਾ ਸਮਾਜਿਕ ਕਾਰਨ ਵੀ ਬਣੇ ਰਾਜਨੀਤਿਕ ਕਾਰਨ ਵੀ ਬਣੇ ਪਰਿਵਾਰਿਕ ਕਾਰਨ ਵੀ ਬਣੇ ਸਾਰੇ ਕਾਰਨ ਬਣੇ ਰਾਜਨੀਤਿਕ ਵੱਖ-ਵੱਖ ਤਰ੍ਹਾਂ ਦੇ ਕਾਰਨ ਬਣੇ ਤੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਸੱਦ ਲਿਆ ਗਿਆ ਬੜੇ ਸ਼ਿਕਮੇ ਛੁਪੋਵੇਂ ਤਰੀਕੇ ਦੇ ਦਰਤੇ ਦਵਾਨ ਚੰਦੂ ਵੱਲੋਂ ਸਤਗੁਰੂ ਨੂੰ ਤਸੀਹੇ ਦਿੱਤੇ ਜਾ ਰਹੇ ਨੇ ਆਪਣੀ ਹਵੇਲੀ ਦੇ ਅੰਦਰ ਬਿਲਕੁਲ ਤਾਂ ਕਿ ਲੋਕਾਂ ਨੂੰ ਪਤਾ ਨਾ ਲਗੇ ਪਰ ਸਤਿਗੁਰੂ ਨੇ ਆਖਿਆ ਸੀ ਕਿ ਸਾਈਂ ਹੋਰ ਕੋਈ ਦੇਖੇ ਨਾ ਦੇਖੇ ਤੂੰ ਦੇਖੇਗਾ ਜਰੂਰ ਉਹ ਸਾਰੇ ਪਹਿਰੇ ਤੋੜ ਕੇ ਉਹਨਾਂ ਸਾਰੇ ਪਹਿਰਿਆਂ ਨੂੰ ਲੰਘ ਕੇ ਸਤਿਗੁਰ ਦੇ ਪਹਾੜੇ ਅੰਦਰ ਹੋਰ ਕੋਈ ਬੇਸ਼ੱਕ ਨਹੀਂ ਪਹੁੰਚਿਆ ਪਰ ਸਾਈਂ ਮੀਆਂ ਵੀ ਪਹੁੰਚਿਆ ਉਹਨੇ ਦੇਖਿਆ ਸਤਿਗੁਰੂ ਦੇਗ ਚ ਵੀ ਉੱਬਲੇ ਨੇ ਸਤਿਗੁਰੂ ਤੱਤੀ ਤਵੀ ਤੇ ਵੀ ਬੈਠੇ ਨੇ ਸਤਿਗੁਰੂ ਦੀ ਸਿਰ ਦੇ ਉੱਤੇ ਤੱਤੀ ਰੇਤਾ ਵੀ ਪਾਈ ਜਾ ਰਹੀ ਹੈ ਪਰ ਉਹ ਗਾ ਰਹੇ ਨੇ ਤੇਰਾ ਕੀ ਆ ਮਿੱਠਾ ਲਾਗੇ ਹਰਨਾਮ ਪਦਾਰਥ ਨਾਨਕ ਦਾ ਸਾਈ ਮੀ ਅਮੀਰ ਦੇ ਹੱਥ ਚੜ ਗਿਆ। ਅੱਖ ਲੱਗਾ ਸਤਿਗੁਰੂ ਜੀ ਤੁਸੀਂ ਇਹ ਕੀ ਪਾਣਾ ਵਰਤਾ ਦਿੱਤਾ। ਹੁਣ ਮੈਨੂੰ ਦੱਸੋ ਕੀ ਹੁਕਮ ਹੈ ਜੇ ਚਾਹੋ ਤਾਂ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਦੇ ਨਾਲ ਇੱਟ ਵਜਾ ਦਿਆਂ। ਸਤਿਗੁਰ ਨੇ ਕਿਹਾ ਨਹੀਂ ਇੱਟ ਨਾਲ ਇੱਟ ਵੀ ਵਜੇਗੀ। ਬਾਜ਼ ਹੀ ਨਹੀਂ ਤਾਜ ਵੀ ਲਵਾਂਗੇ ਪਰ ਤੈਨੂੰ ਇੱਕੋ ਆਦੇਸ਼ ਹੈ ਕਿ ਤੈਨੂੰ ਗੁਰਬਾਣੀ ਤੇ ਸ਼ੰਕਾ ਹੋਇਆ ਸੀ। ਅੱਜ ਤੋਂ ਬਾਅਦ ਸਾਰੀ ਜ਼ਿੰਦਗੀ ਇਸ ਗੱਲ ਦੇ ਉੱਤੇ ਲਾ ਦੇਈ ਕਿ ਆਲੇ-ਦੁਆਲੇ ਸਾਰੇ ਜਿੱਥੇ-ਜਿੱਥੇ ਜਾ ਸਕ ਕੇ ਆਵਾਜ਼ ਉਡਾਈ ਉਹ ਆਵਾਜ਼ ਉਠਾਈ ਪ੍ਰਚਾਰ ਕਰੀ ਕਿ ਗੁਰਬਾਣੀ ਤੇ ਕਿੰਤੂ ਨਹੀਂ ਕਰਨਾ ਗੁਰਬਾਣੀ ਅੱਖਰ ਅੱਖਰ ਲਾਗ ਕੰਨੇ ਮਾਤਰ ਤੱਕ ਜੋ ਲਿਖਿਆ ਸਤਿਗੁਰ ਨੇ ਇਹ ਤੁਰਕੀ ਬਾਣੀ ਹੈ ਸੱਚੋ ਸੱਚ ਹੈ ਜੇ ਤੁਹਾਨੂੰ ਸਮਝ ਨਹੀਂ ਆਉਂਦੀ ਤਾਂ ਸਤਿਗੁਰ ਦੇ ਮੂਹਰੇ ਅਰਦਾਸਾਂ ਕਰੋ ਕਿ ਰਮਜ਼ਾਂ ਵਾਲਿਆ ਸਾਨੂੰ ਸਮਝ ਦੇ ਦੇ ਤੇ ਜੇ ਤੁਹਾਨੂੰ ਕਦੇ ਸਮਝ ਆਉਂਦੀ ਹੈ ਤਾਂ ਵੀ ਸਤਿਗੁਰ ਦੇ ਮੂਹਰੇ ਨਤਮਸਤਕ ਕਰ ਦਿਓ ਕਿ ਰਮਜ਼ਾਂ ਵਾਲਿਆ ਤੂੰ ਸਾਨੂੰ ਸਮਝ ਦੇ ਦਿੱਤੀ ਹੈ ਪਰ ਕਿੰਤੂ ਨਹੀਂ ਕਰਨਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਇਸ ਅਧਿਆਤਮਿਕ ਨਜ਼ਰੀਏ ਤੋਂ ਦੇਖ ਲਿਆ ਉਹਦਾ ਮਕਸਦ ਹੈ ਕਿ ਕੋਈ ਗੁਰਬਾਣੀ ਉੱਤੇ ਕਿੰਤੂ ਨਾ ਕਰੇ ਜੋ ਸਤਗੁਰ ਨੇ ਸਾਈਂ ਮੀਆਂ ਮੀਰ ਨੂੰ ਉਪਦੇਸ਼ ਦਿੱਤਾ ਉਹ ਵਿਦੇਸ਼ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਸਾਰਥਕ ਹੈ ਅੱਜ ਦੇ ਸਮੇਂ ਦੇ ਵਿੱਚ ਸਾਰਿਆਂ ਨੂੰ ਸਾਨੂੰ ਇਸ ਉਪਦੇਸ਼ ਦੇ ਨਾਲ ਜੁੜ ਕੇ ਰਹਿਣ ਦੀ ਲੋੜ ਹੈ ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੋਏਗੀ ਕਿ ਅਸੀਂ ਨਾ ਗੁਰਬਾਣੀ ਤੇ ਕਦੀ ਆਪ ਕਿੰਤੂ ਕਰੀਏ ਨਾ ਗੁਰਬਾਣੀ ਤੇ ਕਦੀ ਕਿਸੇ ਨੂੰ ਕਿੰਤੂ ਕਰਨ ਦੀ ਹੈ ਜੇਸੀ ਇਦਾਂ ਜੁੜਾਂਗੇ ਤਾਂ ਸਤਗੁਰ ਦੀਆਂ ਖੁਸ਼ੀਆਂ ਆਉਣਗੀਆਂ ਸਾਡੇ ਉੱਤੇ ਤਾਂ ਜੋ ਸਤਗੁਰ ਨੇ ਐਲਾਨ ਕੀਤਾ ਹੋਇਆ ਹੈ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀਜੇ ਸਤਗੁਰੂ ਸਾਨੂੰ ਉਹ ਜੀਵਨ ਦੇਵੇਗਾ ਜਿਹੜਾ ਅਮਰ ਜੀਵਨ ਹੈ ਸੋ ਸਤਗੁਰੂ ਦੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਉੱਤੇ ਆਪਣੇ ਹਿਰਦੇ ਅੰਦਰ ਇਹ ਗੱਲ ਧਾਰ ਲਈਏ ਕਿ ਅਸਾਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਹੈ ਹੀ ਇਸੇ ਲਈ ਕਿ ਗੁਰਬਾਣੀ ਤੇ ਕੋਈ ਸ਼ੰਕਾ ਆਵੇ ਨਾ ਤੇ ਗੁਰਬਾਣੀ ਤੇ ਕੋਈ ਸ਼ੰਕਾ ਕਰੇ ਨਾ ਸੋ ਸੱਚੀ ਸ਼ਰਧਾਂਜਲੀ ਇਹੀ ਹੈ ਔਰ ਮੈਂ ਖਾਸ ਤੌਰ ਦੇ ਉੱਤੇ ਬੇਨਤੀ ਕਰਕੇ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਦੇ ਅੰਦਰ ਨਾਮ ਵਰਗਾ ਇੱਕ ਸਰਦਾਰ ਸੁਖਿੰਦਰ ਸ਼ੱਦਾ ਜੀ ਨੂੰ ਸੱਦਿਆ ਹੈ ਗੁਰੂ ਅਰਜਨ ਦੇਵ ਦੇ ਗੁਰਪ੍ਰੋਪ ਦੇ ਸੰਬੰਧ ਵਿੱਚ ਉਹਨਾਂ ਦੇ ਕੋਲੋਂ ਕੁਝ ਚਾਰ ਲੈਣਾ ਉਹਨਾਂ ਦੀ ਲਹਿਮਈ ਆਵਾਜ਼ ਦੇ ਵਿੱਚ ਸੁਣਦੇ ਹਾਂ ਤਾਂ ਕਿ ਸਾਡੇ ਹਿਰਦੇ ਦੇ ਅੰਦਰ ਜਿੱਥੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਪ੍ਰਤੀ ਸ਼ਰਧਾ ਦੇ ਫੁੱਲ ਪੈਦਾ ਹੋਣ ਉੱਥੇ ਨਾਲ-ਨਾਲ ਸਾਡੇ ਹਿਰਦੇ ਲਹਿਦਾਕ ਵੀ ਹੋ ਲਹਿਦਾਕ ਵੀ ਹੋ ਜਾਣ ਸੁਰਵ ਵਿੱਚ ਆ ਜਾਣ ਔਰ ਸੁਰਵ ਚ ਆ ਕੇ ਅਸੀਂ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਵਸਾ ਸਕੀਏ ਇਹ ਛੁੱਟ ਇੱਕ ਬ੍ਰੇਕ ਤੇ ਫਿਰ ਆਪਾਂ ਜੁੜਦੇ ਹਾਂ ਸਰਦਾਰ ਸਰਦਾਰ ਸੁਖਸ਼ੇਂਦਰ ਸ਼ਿੰਦਾ ਨੂੰ ਨਾਲ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਦੇ ਵਿੱਚ ਸਾਡੀ ਉਚੇਚੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਪੁੱਜੇ ਨੇ ਸਰਦਾਰ ਸੁਖਸ਼ੇਂਦਰ ਸ਼ਿੰਦਾ ਜੀ ਸੁਖਸ਼ੇਂਦਰ ਸ਼ਿੰਦਾ ਜੀ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਦੁਨੀਆ ਭਰ ਵਿੱਚ ਜਾਣੇ ਜਾਂਦੇ ਸੰਗੀਤਕਾਰ ਵੀ ਨੇ ਤੇ ਗਾਇਕ ਵੀ ਉਹਨਾਂ ਨੇ ਗਾਇਆ ਵੀ ਸਿਖਰ ਤੇ ਰਹਿ ਕੇ ਆ ਤੇ ਜਿਹੜਾ ਉਹਨਾਂ ਨੇ ਮਿਊਜ਼ਿਕ ਤਿਆਰ ਕੀਤਾ ਉਹ ਵੀ ਉਹਨਾਂ ਨੇ ਸਿਖਲੀਆਂ ਹੱਦਾਂ ਨੂੰ ਸ਼ੋਆ ਹੈ ਲੈਅ ਤੇ ਸੁਰ ਨਾਲ ਜੁੜੇ ਹੋਏ ਬਲੰਦੀਆਂ ਛੂਣ ਵਾਲੇ ਪਰ ਸੁਭਾਅ ਦੇ ਵਿੱਚ ਪੂਰੀ ਨਿਮਰਤਾ ਰੱਖਣ ਵਾਲੇ ਸਰਦਾ ਸੁਖਸ਼ਿੰਦਰ ਚੰਦਾ ਜੀ ਨੂੰ ਜਿਹਾ ਆਖਦੇ ਆ ਫਤਿਹ ਸਾਂਝੀ ਕਰਦੇ ਵੀਰ ਜੀ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੀ ਫਤਿਹ ਫਤਿਹ ਔਰ ਮੈਂ ਗੱਲ ਸਾਂਝੀ ਕਰਦਾ ਜਾਵਾਂ ਕਿ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਹੀਦਾਂ ਦੇ ਸਰਤਾਜ ਜਿੱਦਾਂ ਦੀ ਉਹਨਾਂ ਦੀ ਸ਼ਹਾਦਤ ਉਦਾਂ ਦੀ ਸ਼ਹਾਦਤ ਦੁਨੀਆਂ ਪਰਚ ਹੋਰ ਕਿਸੇ ਦੀ ਨਹੀਂ ਤੱਤੀ ਤਵੀ ਤੇ ਬੈਠੇ ਉਮਲ ਦੀ ਦੇਖ ਜੁਮਲੇ ਤੱਤੀ ਦੇ ਤਾਸਰ ਵਿੱਚ ਪਈ ਪਰ ਮੂ ਸੀ ਤਕਨੀ ਚਾਰੀ ਤੱਤੀ ਤਵੀ ਤੇ ਬੈਠ ਕੇ ਵੀ ਪਰਮਾਤਮਾ ਦਾ ਭਾਣਾ ਮੰਨਿਆ ਆਖਿਆ ਕਿ ਜੋ ਪਰਮਾਤਮਾ ਕਰਦਾ ਹੈ ਚੰਗਾ ਕਰਦਾ ਹੈ ਕੋਈ ਲੰਬਾ ਨਹੀਂ ਪਰ ਸਾਡੇ ਲਈ ਇੱਕ ਪੂਰਨੇ ਪਾ ਦਿੱਤੇ ਕਿ ਜੇ ਤੁਸੀਂ ਜਿਉਣਾ ਚਾਹੁੰਦੇ ਹੋ ਤੇ ਤੁਹਾਨੂੰ ਜਿਉਣ ਦਾ ਮੋਹ ਤਿਆਗਣਾ ਪਵੇਗਾ ਨੀਤਾ ਜਿਉਂਦੇ ਜੀ ਮਰ ਮਰ ਕੇ ਜਿਉਣ ਵਾਲੀ ਗੱਲ ਹੋਏਗੀ ਤੇ ਉਹ ਜਿਉਣਾ ਕੋਈ ਜਿਉਣਾ ਨਹੀਂ ਹੁੰਦਾ ਜੇ ਜੀਵੇ ਪਤਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਸੋ ਜਿਉਣਾ ਸਿਖਾਇਆ ਔਰ ਗੁਰੂ ਅਰਜਨ ਦੇਵ ਜੀ ਇਹੋ ਜੀ ਸ਼ਖਸੀਅਤ ਸਨ ਇਹੋ ਜਾਂ ਰਹਿਬਰ ਸਨ ਇਹੋ ਜਿਹਾ ਰੱਬੀ ਰੂਪ ਸਨ ਇਹੋ ਜਿਹਾ ਅਵਤਾਰ ਸਨ ਇਹੋ ਜਿਹਾ ਪੈਗੰਬਰ ਸਨ ਜਿਨ੍ਹਾਂ ਨੇ ਆਪਣੇ ਨਾਲ ਰੱਬੀ ਕਫ਼ਤਾ ਨੂੰ ਰੱਖਿਆ ਗੁਰਬਾਣੀ ਨੂੰ ਤੁਰਕੀ ਬਾਣੀ ਗੁਰਨਾਨਕ ਸਾਹਿਬ ਤੋਂ ਚਾਰਜ ਕੀਤੀ ਸਾਰੀ ਗੁਰੂਆਂ ਦੀ ਬਾਣੀ ਇਕੱਠਾ ਤੇ ਇਕੱਠੀ ਕੀਤੀ ਅਰ ਨੂੰ ਵਖ ਵਖ ਰਾਗਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਲੰਬੰਦ ਕੀਤਾ ਤੇ ਫਿਰ ਗੁਰਗਨ ਸ਼ਬਦ ਦਾ ਰੂਪ ਤਿਆਰ ਕਰਕੇ ਉਹਦੇ ਵਿੱਚ ਭਗਤਾਂ ਨੂੰ ਵੀ ਥਾਂ ਦਿੱਤੀ ਤੇ ਨਾਲ ਨਾਲ ਰਾਗਾਂ ਦੇ ਵਿੱਚ ਬਾਣੀ ਗਾਉਣੀ ਲੈ ਤੇ ਸੁਰ ਚ ਬਾਣੀ ਗਾਉਣੀ ਸਿਖਾਈ ਵੀ ਤੇ ਜਦੋਂ ਸੱਤਾ ਤੇ ਬਲਵੰਡ ਰਾਗਾਂ 'ਚ ਗਾਉਣ ਵਾਲੇ ਰੁੱਚ ਕੇ ਬੈਠ ਗਿਆ ਕਿਸੇ ਬਹਾਨੇ ਦੇ ਨਾਲ ਤਾਂ ਪੂਰੀ ਸੰਗਤ ਨੂੰ ਆਖਿਆ ਕਿ ਤੁਸੀਂ ਆਪ ਗਾਓ ਹੁਣ ਖੜਤਾਲਾ ਫੜ ਕੇ ਸੰਗਤ ਨੂੰ ਸਹਿਜ ਦੇ ਵਿੱਚ ਬਾਣੀ ਜਿੱਦਾਂ ਆਪਾਂ ਗਾਉਂਦੇ ਆਂ ਕਦੀ ਰਾਗਾਂ ਤੋਂ ਬਣਾ ਜਿਹਨਾਂ ਨੂੰ ਰਾਗ ਨਹੀਂ ਆਉਂਦੇ ਉਹ ਵੀ ਗਾਉਂਦੇ ਨੇ ਉਹ ਗਾਉਣੀ ਸਿਖਾਈ ਸੰਗਤ ਦੇ ਵਿੱਚ ਕੀਰਤ ਲੈ ਕੇ ਆਏ ਸੰਗਤ ਦੇ ਵਿੱਚ ਗਾਇਕੀ ਲੈ ਕੇ ਆਏ ਸੰਗਤ ਦੇ ਵਿੱਚ ਸੁਰ ਲੈ ਕੇ ਆਏ ਸੰਗਤ ਦੇ ਵਿੱਚ ਲੈ ਲੈ ਕੇ ਆਏ ਸੰਗਤ ਵਿੱਚ ਧਾਰਨਾ ਲੈ ਕੇ ਆਏ ਤੇ ਗੁਰੂ ਅਰਜਨ ਦੇਵ ਪਾਸ਼ਾ ਹੈ ਤੇ ਇਸੇ ਕਰਕੇ ਅੱਜ ਉਹਨਾਂ ਦੀ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਮੈਂ ਚੇਚੇ ਪੌਰ ਤੇ ਇੱਕ ਠੁੱਕਦਾਰ ਲਿਆਵਾਂ ਵਾਲਾ ਠੁੱਕਦਾਰ ਸੁਰ ਵਾਲਾ ਗਾਇਕ ਸੱਧਿਆ ਹੈ ਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਅੱਜ ਸੁਰ ਦੇ ਵਿੱਚ ਵੀ ਕੁਝ ਕਹਿਣਾ ਹੈ ਤੇ ਜੇ ਕੁਝ ਹੋਰ ਵੀ ਕਹਿਣਾ ਚਾਹੁੰਦੇ ਉਹ ਵੀ ਕਰ ਸਕਦੇ ਸਭ ਤੋਂ ਪਹਿਲਾਂ ਸੰਗਤ ਟੀਵੀ ਨੂੰ ਬਹੁਤ-ਬਹੁਤ ਕਰੀ ਫੇਰ ਮੇਰੇ ਨਮਸਕਾਰ ਸਤਿਗੁਰੂ ਬਖਸ਼ਿਸ਼ ਕਰਨ ਸਭ ਤੇ ਤੇ ਸ਼ਹੀਦਾਂ ਦੇ ਸਰਤਾਜ ਦੇ ਚੰਦ ਲਾਈਨਾ ਮੇਰੇ ਬਡੇ ਵੀਰ ਰਾਣਾ ਜੀ ਦੇ ਲਿਖਿਆ ਹੋਈਆਂ ਮੈਂ ਚਾਹੂ ਕਹੇ ਰਾਣਾ ਜੀ ਤੁਹਾਡੀ ਆਪਣੇ ਕਲਮ ਬੰਦ ਕੀਤੀ ਹੋਈ ਤੇ ਸੰਗਤਾਂ ਦੇ ਰੂਪ ਰੂਪ ਮੈਂ ਹਾਂਜੀ ਬਿਲਕੁਲ ਤੁਹਾਡਾ ਸਰਨਾ ਜੀ ਪਹਿਲਾਂ ਵੀ ਮੇਰਾ ਗੀਤ ਗਾਇਆ ਸੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਡੇ ਮਸਲ ਕੀ ਜਹਾਨ ਵਿੱਚ ਸਾਰੇ ਤੁਹਾਨੂੰ ਗੁਰਨਾਕ ਜੀ ਤੇ ਅੱਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਤੇ ਜੀ ਉਸੇ ਰਾਣਾ ਜੀ ਜਿਸ ਦੀ ਗੱਲ ਕੀਤੀ ਧਾਰਨਾ ਤੇ ਉਸੇ ਮੈਂ ਟਾਈਪ ਤੇ ਰੱਖਿਆ ਜੀ ਰੱਬ ਵਰਗਾ ਸਹਾਰਾ ਸਤ ਗੁਰੂ ਅਰਜਨ ਹੈ ਰੱਬ ਵਰਗਾ ਸਹਾਰਾ ਸਤ ਗੁਰੂ ਅਰਜਨ ਹੈ ਰੂਪ ਰੱਬ ਦਾ ਸਾਰਾ ਸਤ ਗੁਰੂ ਅਰਜਨ ਹੈ ਰੂਪ ਰੱਬ ਦਾ ਸਾਰਾ ਸਤ ਗੁਰੂ ਅਰਜਨ ਹੈ ਗੁਰੂ ਨਾਨਕ ਦੀ ਗੱਦੀ ਪੰਜਵੀਂ ਥਾਂ ਤੇ ਹੈ ਗੁਰੂ ਨਾਨਕ ਦੀ ਰਹਿਮਤ ਉਸ ਦੇ ਨਾਂ ਤੇ ਹੈ ਹਾਂ ਗੁਰੂ ਨਾਨਕ ਦੀ ਗੱਦੀ ਪੰਜਵੀਂ ਥਾ ਤੇ ਹੈ ਗੁਰੂ ਨਾਨਕ ਦੀ ਰਹਿਮਤ ਉਸ ਦੇ ਨਾਤੇ ਹੈ ਜਗ ਦਾ ਤਾਰਨਹਾਰਾ ਸਤ ਗੁਰੂ ਅਰਜਨ ਹੈ ਰੱਬ ਵਰਗਾ ਸਹਾਰਾ ਸਤ ਗੁਰੂ ਅਰਜਨ ਹੈ ਰੱਬ ਵਰਗਾ ਸਹਾਰਾ ਸਤ ਗੁਰੂ ਅਰਜਨ ਹੈ ਗੁਰੂ ਅਰਜਨ ਦੇ ਨੈਣੀ ਨੂਰੀ ਹੈ ਲਾਈ ਹੈ ਸਾਰੇ ਜਗ ਤੋਂ ਸੋਨਾ ਸੱਚਾ ਮਾਈ ਹੈ ਓ ਗੁਰੂ ਅਰਜਨ ਦੇ ਨੈਣੀ ਨੂਰੀ ਲਾਈ ਹੈ ਸਾਰੇ ਜਗ ਤੋਂ ਸੋਨਾ ਸੱਚਾ ਮਾਈ ਹੈ ਨਿਦਾਈ ਨੂਰ ਨਜ਼ਾਰਾ ਸਤ ਗੁਰੂ ਅਰਜਨ ਹੈ ਰੱਬ ਵਰਗਾ ਸਹਾਰਾ ਸਤ ਗੁਰੂ ਅਰਜਨ ਹੈ ਰੂਪ ਰੱਬ ਦਾ ਸਾਰਾ ਸਤ ਗੁਰੂ ਅਰਜਨ ਹੈ ਤਤੀ ਤਵੀ ਤੇ ਬੈਠ ਕੇ ਮੰਨਿਆ ਪਾਣਾ ਹੈ ਕੀਤ ਗੁਰਾਂ ਦੇ ਲਿਖਦਾ ਤਾਈਓ ਰਾਣਾ ਹੈ ਹਾਂ ਤਤੀ ਤਵੀ ਤੇ ਬੈਠ ਕੇ ਮੰਨਿਆ ਪਾਣਾ ਹੈ ਕੀਤ ਗੁਰਾਂ ਦੇ ਲਿਖਦਾ ਤਾਈਓ ਰਾਣਾ ਹੈ ਉੱਚ ਪੀਰ ਪਗੰਬਰ ਪਾਰਾ ਸਤ ਗੁਰੂ ਅਰਜਨ ਹੈ ਰੱਬ ਵਰਗਾ ਸਹਾਰਾ ਸਤ ਗੁਰੂ ਅਰਜਨ ਹੈ ਰੂਪ ਰੱਬ ਦਾ ਸਾਰਾ ਸਤ ਗੁਰੂ ਅਰਜਨ ਹੈ ਰੱਬ ਵਰਗਾ ਸਹਾਰਾ ਸਤ ਗੁਰੂ ਅਰਜਨ ਹੈ ਬਹੁਤ ਵਧੀਆ ਜੀ ਬਿਨਾ ਕਿਸੇ ਤਿਆਰੀ ਤੋਂ ਬਿਲਕੁਲ ਸਤ ਗੁਰੂ ਦੀ ਕਿਰਪਾ ਕਹਿਣੀ ਚਾਹੀਦੀ ਹੈ ਜੀ ਬੋਲੇ ਤੁਸੀਂ ਇੱਥੇ ਮਹਾਰਾਜ ਨੂੰ ਅਸੀਂ ਸਹੀ ਦੰਦੇ ਸਰਤਾਜ ਆਪਾਂ ਕੀ ਕਿਸੇ ਕੁਝ ਵੀ ਨਹੀਂ ਤੇ ਜਿੰਨੀ ਸਤਿਫ ਕਰੀਏ ਸਤਿਗੁਰੂ ਦੀ ਨਹੀਂ ਥੋੜੀ ਹੈ ਤੇ ਤੁਸੀਂ ਬਹੁਤ ਅੱਛੇ ਲਿਖੇ ਮੈਂ ਧੰਨਵਾਦੀ ਹਾਂ ਤੁਹਾਡਾ ਤੇ ਤੁਸੀਂ ਰੂਬ ਰੂ ਸੰਗਤਾਂ ਦੇ ਹੋਣ ਦਾ ਮੌਕਾ ਦਿੱਤਾ ਤੁਸੀਂ ਬਿਲਕੁਲ ਜੀ ਗੁਰਬਾਣੀ ਦੇ ਅੰਦਰ ਪੱਟਾ ਨੇ ਨਾ ਮੈਨੂੰ ਗੀਤ ਦਾ ਖਿਆਲ ਕਿੱਥੋਂ ਆਇਆ ਮੈਂ ਉਹ ਵੀ ਤੁਹਾਡਾ ਸਾਂਝਾ ਕਰਦਾ ਹਾਂ ਬੇਸ਼ੱਕ ਸੰਗਤਾਂ ਨੂੰ ਸਾਂਝਾ ਕਰ ਲੈਂਦੇ ਆ ਗੁਰਬਾਣੀ ਦੇ ਅੰਦਰ ਪੱਟਾ ਨੇ ਜ਼ਿਕਰ ਕੀਤਾ ਕਿ ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹੋ ਪਰ ਭਨ ਮਥਰਾ ਕਛ ਬੇਦ ਨਹੀਂ ਗੁਰੂ ਅਰਜਨ ਪਰਤਖਰ ਗੁਰ ਇਸ ਧਰਤ ਧਰਨ ਗਗਨ ਨਵਖੰਡ ਵਿੱਚ ਇਸ ਧਰਤੀ ਦੇ ਉੱਤੇ ਗਗਨ ਦੇ ਵਿੱਚ ਅਸਮਾਨ ਦੇ ਵਿੱਚ ਵੀ ਤੇ ਨਵਖੰਡ ਸਾਰੇ ਨਵਾਂ ਖੰਡਾਂ ਦੇ ਵਿੱਚ ਨੌ ਗ੍ਰਾਹਾਂ ਦੇ ਵਿੱਚ ਨੌ ਖੰਡਾਂ ਦੇ ਵਿੱਚ ਸਾਰੇ ਨਵਾਂ ਖੰਡਾਂ ਦੇ ਵਿੱਚ ਸਾਰੇ ਗ੍ਰਾਹਾਂ ਦੇ ਵਿੱਚ ਯਾਨੀ ਸਾਰੇ ਬ੍ਰਹਮੰਡ ਦੇ ਵਿੱਚ ਧਰਨ ਗਗਨ ਨਵਖੰਡ ਮੈਂ ਜੋਤ ਸਰੂਪੀ ਰਹੋ ਪਰ ਜੋਤ ਰੂਪ ਹੋ ਕੇ ਗੁਰੂ ਅਰਜਨ ਦੇਵ ਜੀ ਪਸਰੇ ਆਇਆ ਜੋਤ ਸਰੂਪੀ ਰਹੋ ਪਰ ਭਾਣ ਮਥਰਾ ਕਛ ਬੇਦ ਨਹੀਂ ਗੁਰੂ ਅਰਜਨ ਪਰਤਖਰ ਕਿ ਇਹ ਮਥਰਾ ਜਿ ਪਟ ਘਰੇ ਆ ਭਾਣ ਮਥਰਾ ਅਮਤਰਾ ਤੁ ਕਹ ਕਛ ਬੇਧ ਨਹੀਂ ਗੁਰੂ ਅਰਜਨ ਪ੍ਰਤਖ ਕਰ ਕਿ ਗੁਰੂ ਅਰਜਨ ਦੇਵ ਜੀ ਹੂਬ ਹੂ ਪ੍ਰਮਾਤਮਾ ਆ ਪ੍ਰਤਖ ਪ੍ਰਮਾਤਮਾ ਆ ਪ੍ਰਤਖ ਰੀਆ ਸੋ ਇਹ ਪੱਟਾ ਨੇ ਮੰਨ ਦਿੱਤਾ ਤੇ ਜਦੋਂ ਉਹਨਾਂ ਨੇ ਕਹਿੰਦਾ ਪੱਟ ਦੇ ਮੈਂ ਕਿਹਾ ਵੀ ਰੱਬ ਵਰਗਾ ਸਹਾਰਾ ਵਾ ਗੁਰੂ ਅਰਜਨ ਹੈ ਵਾ ਵਾ ਰੂਪ ਰੱਬ ਦਾ ਸਹਾਰਾ ਗੁਰੂ ਅਰਜਨ ਹੈ ਪਸੀ ਪੰਤੀ ਉੱਥੋਂ ਜਾਨੀ ਕਿ ਉੱਥੇ ਇੱਕ ਤਰ੍ਹਾਂ ਦਾ ਖਿਆਲ ਆਇਆ ਤੇ ਉਹਨੂੰ ਸਰਲ ਬੋਲੀ ਦੇ ਵਿੱਚ ਗੀਤ ਦੇ ਰੂਪ ਵਿੱਚ ਪੁਰੋਇਆ ਇਹ ਪੁਰੋਇਆ ਵੀ ਸਮੀਂ ਨਾਲ ਹੀ ਤੁਸੀਂ ਲੈ ਵੀ ਬਣਾਤੀ ਸਰ ਵੀ ਬਣਾਤੀ ਇਹ ਸਤਗੁਰੂ ਦੀ ਬੜੀ ਕਿਰਪਾ ਤੁਹਾਡੇ ਉੱਤੇ ਔਰ ਪੱਟਾ ਨੇ ਸਿਰਫ ਇੱਥੇ ਨਹੀਂ ਕਿਹਾ ਪੱਟਾ ਨੇ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਦੁਬਾਰਾ ਜਨਮ ਚ ਨਹੀਂ ਆਉਣਾ ਤੇ ਫਿਰ ਗੁਰੂ ਅਰਜਨ ਦੇਵ ਦਾ ਨਾਮ ਜ਼ਰੂਰ ਜਪਿਆ ਕਰੋ ਓਏ ਹੋਏ ਹੋਏ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਮ ਨਾ ਆਇਆ ਓਏ ਹੋਏ ਕਿ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਦਾ ਨਾਮ ਕਿਤੇ ਸ਼ਰਧਾ ਨਾਲ ਹਿਰਦੇ ਤੋਂ ਜੁੜ ਕੇ ਇੱਕ ਆਪਣੀ ਅਵਾਰੀ ਆਪਣੇ ਹਿਰਦੇ ਤੋਂ ਕਹਿ ਤਾਣਾ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਕਰ ਬਨਾਇਓ ਆਵਾਗੋਂ ਦੇ ਚੱਕਰਾਂ ਤੋਂ ਬਚ ਗਿਆ ਜਨਮਰਨ ਦੇ ਚੱਕਰਾਂ ਤੋਂ ਬਚ ਗਿਆ ਵਾਹ ਤੇ ਇਹ ਵੀ ਪਟਾਣੇ ਆਖਿਆ ਜੀ ਗੁਰੂ ਅਰਜਨ ਸੱਚ ਸਿਰਜਨਹਾਰਾ ਇਹ ਸੱਤੇ ਬਲਵਾਂ ਨੇ ਆਖਿਆ ਗੁਰੂ ਅਰਜਨ ਸੱਚ ਸਿਰਜਨਹਾਰਾ ਗੁਰੂ ਅਰਜਨ ਦੇਵ ਤਾਂ ਸੱਚੇ ਸਿਰਜਨਹਾਰੇ ਆ ਉਹ ਪ੍ਰਮਾਤਮਾ ਹੀ ਆ ਸਿਰ ਸਿੱਧੇ ਸਿਰਜਨਹਾਰੇ ਆ ਸੋ ਉੱਥੋਂ ਜਿਹੜੀ ਇੱਕ ਤਰ੍ਹਾਂ ਦਾ ਖਿਆਲ ਆ ਗੁਰਬਾਣੀ ਦੇ ਵਿੱਚੋਂ ਖਿਆਲ ਆਇਆ ਤੇ ਰੂਪਰਾਪ ਦਾ ਸਾਰਾ ਗੁਰੂ ਸਾਥ ਪ੍ਰਵਾਚਨ ਹੈ ਰੱਬ ਵਰਗਾ ਸਾਰਾ ਸਾਫ ਗੁਰੂ ਅਰਜਨ ਹੈ ਅਰਜਨ ਹੈ ਸੋ ਇਹ ਸੀ ਇਹ ਤੁਸੀਂ ਆਏ ਹੋ ਹੁਣ ਬੇਨਤੀ ਨੂੰ ਪ੍ਰਮਾਣ ਕਰਕੇ ਉੱਚੇ-ਉੱਚੇ ਬਾਬੇ ਕੋਈ ਹੋਰ ਗੱਲ ਨਹੀਂ ਕਰਨਾ ਚਾਹੁੰਦੇ ਉੱਤੇ ਸੰਗਤਾਂ ਦੇ ਨਾਲ ਗੁਰੂ ਉਹ ਤੁਸੀਂ ਕਹਿ ਸਕਦੇ ਰਾਣਾ ਜੀ ਕੋਈ ਗੱਲ ਨਹੀਂ ਮੈਂ ਧੰਨਵਾਦੀ ਆ ਬਸ ਇਹ ਗੁਰੂ ਮਹਾਰਾਜ ਬਖਸ਼ਿਸ਼ ਕਰਨ ਕਿ ਸਭ ਤੇ ਇਹ ਜਿਹੜਾ ਸਮਾਂ ਤੁਹਾਨੂੰ ਪਤਾ ਬਹੁਤ ਦਰਦਨਾਕ ਹੈ ਤੇ ਗੁਰੂ ਮਹਾਰਾਜ ਬਖਸ਼ਿਸ ਕਰਨ ਸਭ ਤੇ ਅਸੀਂ ਸਭ ਪਾਠ ਕਰ ਸਕੀਏ ਅਰਦਾਸ ਕਰੀਏ ਸਭ ਵਾਸਤੇ ਰਲ ਕੇ ਤੇ ਸਭ ਵਾਸਤੇ ਠੀਕ ਹੋਵੇ ਤੇ ਗੁਰੂ ਮਹਾਰਾਜ ਖੁਸ਼ੀਆਂ ਸਭ ਨੂੰ ਵਾਪਸ ਤੇ ਧੰਨਵਾਦ ਜੀ ਸੰਤੋ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਤੁਹਾਡੀ ਗਾਇਕੀ ਨੂੰ ਹੋਰ ਬਲੰਦ ਕਰੇ ਹੋਰ ਨਿਮਰਤਾ ਬਖਸ਼ੇ ਔਰ ਹੋਰ ਬਲੰਤیاں ਦੇਵੇ ਸਤਿਗੁਰੂ ਤੁਹਾਡੇ ਕੰਮਾਂ ਦੇ ਵਿੱਚ ਸਵਾਬ ਲੈ ਕੇ ਆਵੇ ਫਲ ਲੈ ਕੇ ਆਵੇ ਸਤਿਗੁਰੂ ਸਭ ਦਾ ਪਲਾ ਕਰੇ ਔਰ ਖਾਸ ਤੌਰ ਤੇ ਸੰਗਤਾਂ ਨਾਲ ਗੱਲ ਸਾਂਝੀ ਕਰਨੀ ਬੰਦੀ ਹੈ ਕਿ ਜੇ ਕਿਦੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਦੇ ਉੱਤੇ ਕਿਤੇ ਸਮਾਜ ਨਾਲ ਔਖਾ ਇਹਨਾਂ ਨਾਲ ਇੰਨਾ ਔਖਾ ਨਾ ਹੁੰਦਾ ਕਿਤੇ ਮਹਾਮਾਰੀ ਨਾ ਫੈਲੀ ਹੁੰਦੀ ਤੇ ਆਪਾਂ ਬਹੁਤ ਵੱਡੇ ਪੱਦਰ ਦੇ ਉੱਤੇ ਗੁਰਪੁਰਬ ਮਨਾਉਂਦੇ ਆ ਇੱਥੋਂ ਗੁਰੂ ਅਰਜਨ ਦੇਵ ਦਾ ਜਿੱਥੇ ਸ਼ਹਾਦਤ ਹੋਈ ਸੀ ਲਾਹੌਰ ਦੇ ਵਿੱਚ ਉੱਥੇ ਵੀ ਸੰਗਤਾਂ ਜਾਂਦੀਆਂ ਸਨ ਕਰਨ ਤਰਨ ਬਹੁਤ ਵੱਡਾ ਸਮਾਗਮ ਹੁੰਦਾ ਸੀ ਅਮਰਸਰ ਹਬੰਦਰ ਸਾਹਿਬ ਬਹੁਤ ਵੱਡੇ ਸਮਾਗਮ ਹੁੰਦੇ ਸਨ ਤੇ ਜਿੱਥੇ-ਜਿੱਥੇ ਦੁਨੀਆਂ 'ਚ ਸਿੱਖ ਬੈਠੇ ਨੇ ਹਰ ਥਾਂ ਤੇ ਸ਼ਵੀਲਾਂ ਲਾ ਕੇ ਗੁਰਪੂਰ ਬਣਾਏ ਜਾਂਦੇ ਸਨ ਕਈ-ਕਈ ਦਿਨ ਲਗਾਤਾਰ ਪਰ ਹੁਣ ਆਪਾਂ ਥੋੜਾ ਜਿਹਾ ਭੇਜ ਵੀ ਰੱਖਣਾ ਹੈ ਸ਼ਵੀਲਾਂ ਤੋਂ ਵੀ ਥੋੜੀ ਭੇਜ ਕਰਨੀ ਆ ਪਰ ਗੁਰੂ ਅਰਜਨ ਦੇਵ ਜੀ ਦਾ ਨਾਮ ਸਿਮਰਨਾ ਉਦੋਂ ਜ਼ਿਆਦਾ ਹੈ ਜਿੰਨਾ ਸਾਨੂੰ ਟਾਈਮ ਬਚ ਗਿਆ ਹੈ ਸਾਰੇ ਟਾਈਮ ਦੇ ਵਿੱਚ ਜਿੰਨਾ ਸਾਨੂੰ ਸਮਾਂ ਮਿਲਿਆ ਹੈ ਗੁਰੂ ਅਰਜਨ ਦੇਵ ਜੀ ਦਾ ਨਾਮ ਸਿਮਰਨਾ ਹੈ ਇਸ ਪੰਕਤੀ ਨੂੰ ਯਾਦ ਕਰਦਿਆਂ ਹੋਇਆ ਕਿ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਨਾਇਆ ਆਇਓ ਗੁਰੂ ਅਰਜਨ ਸੱਚ ਸਿਰਜਨਹਾਰਾ ਸੋ ਗੁਰੂ ਅਰਜਨ ਦੇਵ ਦਾ ਨਾਮ ਸਿਮਰਾਂਗੇ ਔਰ ਗੁਰੂ ਅਰਜਨ ਦੇਵ ਨੇ ਇਨਾਂ ਸਮਿਆਂ ਦੇ ਵਿੱਚ ਖਾਸ ਤੌਰ ਤੇ ਸਾਨੂੰ ਇਹ ਉੱਚੀ ਅਵਸਥਾ ਦੇ ਵਿੱਚ ਰੱਖਣ ਦੇ ਲਈ ਸੁਖਮਨੀ ਸਾਹਿਬ ਦੀ ਬਾਣੀ ਦਿੱਤੀ ਹੈ ਕਿ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰੇਗਾ ਇਹਦੇ ਨਾਲ ਜੁੜੇਗਾ ਮਨ ਟਿਕਾ ਵਿੱਚ ਰਹੇਗਾ ਹਰ ਤਰ੍ਹਾਂ ਦੀ ਮਹਾਮਾਰੀ ਤੋਂ ਹਰ ਤਰ੍ਹਾਂ ਦੀ ਦੁੱਖ ਤਕਲੀਫ ਤੋਂ ਬਚਿਆ ਰਹੇਗਾ ਔਰ ਸੁਖਮਨੀ ਸਾਹਿਬ ਦੇ ਅੰਦਰ ਹੀ ਸਤਗੁਰ ਨੇ ਐਲਾਨ ਕੀਤਾ ਹੋਇਆ ਹੈ ਕਿ ਨੀਕੀ ਕੀਰੀ ਮੈਂ ਕਲ ਰੱਖੇ ਭਸ਼ਮ ਕਰੇ ਲਸ਼ਕਰ ਕੋਟ ਲੱਖੇ ਕਿ ਜੇ ਨੀਕੀ ਜੀ ਕੀੜੀ ਦੇ ਅੰਦਰ ਨੀਕੀ ਕੀਰੀ ਮੈਂ ਕਲ ਰੱਖੇ ਉਹ ਕਿਤੇ ਪ੍ਰਮਾਤਮਾ ਆਪਣੀ ਕਲ ਆਪਣੀ ਸ਼ਕਤੀ ਰੱਖ ਦੇਵੇ ਭਸ਼ਮ ਕਰੇ ਲਸ਼ਕਰ ਕੋਟ ਲੱਖੇ ਉਹ ਲੱਖਾਂ ਕਰੋੜਾਂ ਦੇ ਲਸ਼ਕਰ ਨੂੰ ਸੁਆਹ ਕਰ ਸਕਦੀ ਹੈ ਖਤਮ ਕਰ ਸਕਦੀ ਹੈ ਤੇ ਇਹਨਾਂ ਪੰਕਤੀਆਂ ਦੇ ਉਤੇ ਆਮ ਤੌਰ ਤੇ ਕੋਈ ਤਾਰਕਿਕ ਕਿੰਤੂ ਕਰਿਆ ਕਰਦੇ ਸਨ ਕਿ ਨੀਕੀ ਕੀਰੀ ਦੇ ਵਿੱਚ ਕਿੱਦਾਂ ਕਲ ਰੱਖੇਗਾ ਪ੍ਰਮਾਤਮਾ ਤੇ ਹੁਣ ਤਾਂ ਨੀਕੀ ਕੀਰੀ ਤੋਂ ਵੀ ਨਿੱਕੀ ਗੱਲ ਜਿਹੜੀ ਦਿਸਦੀ ਨਹੀਂ ਸਾਹਮਣੇ ਆ ਗਈ ਨਾ ਨੀਤੀ ਕੀਰੀ ਮੈਂ ਜਿਹਦੀ ਨਿੱਕਾ ਕੀੜਾ ਨਿੱਕੀ ਕੀਰੀ ਉਹਦੇ ਵਿੱਚ ਕਲ ਰੱਖੀ ਉਸ ਅਕਾਲ ਪੁਰਖ ਪਰਮਾਤਮਾ ਨੇ ਨਿੱਕੀ ਕੀਰੀ ਮੈਂ ਕਲ ਰੱਖੇ ਭਸਮ ਕਰੇ ਲਸ਼ਕਰ ਕੋਟ ਲਾਕੇ ਲੱਖਾਂ ਦੇ ਕਰੋੜਾਂ ਦੇ ਲਸ਼ਕਰ ਸੁਪਰ ਪਾਵਰਾਂ ਮੂਹਰੇ ਮੂਹ ਹੋਈਆਂ ਪਈਆਂ ਸੋ ਸਤਗੁਰ ਦੇ ਭਾਣਿਆਂ ਦੇ ਅੰਦਰ ਆਈਏ ਸਤਗੁਰੂ ਨੂੰ ਯਾਦ ਕਰੀਏ ਗੁਰੂ ਅਰਜਨ ਸੱਚ ਸਿਰਜਨਹਾਰਾ ਗੁਰੂ ਅਰਜਨ ਬਖਸ਼ਣਹਾਰਾ ਸਾਨੂੰ ਸਾਰਿਆਂ ਨੂੰ ਬਖਸ਼ ਲਵੇ ਇਸੇ ਆਸ ਤੇ ਅਰਦਾਸ ਲਾਂ ਇੱਕ ਵਾਰ ਫੇਰ ਸਤਗੁਰ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਆਓ ਜੀ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ